ਮਾਨਯੋਗ ਪ੍ਰਧਾਨ ਮੰਤਰੀ ਜੀ ਸਾਦਰ ਨਮਸਕਾਰ ਮੇਰਾ ਨਾਮ ਆਰ ਅਕਸ਼ਰਾ ਸਿਰੀ ਮੈਂ ਜਵਾਰ ਨਵੋਦੇ ਵਿਦਿਆਲੇ ਰੰਗਾ ਰੈਡੀ ਹైదరాబాద్ ਦੀ 9ਵੀਂ ਜਮਾਤ ਦੀ ਵਿਦਿਆਰਥਣ ਹਾਂ ਮਾਨਯੋਗ ਮੇਰਾ ਪ੍ਰਸ਼ਨ ਹੈ ਸਾਨੂੰ ਜਿਆਦਾ ਭਾਸ਼ਾਵਾਂ ਸਿੱਖਣ ਲਈ ਕੀ ਕਰਨਾ ਚਾਹੀਦਾ ਹੈ ਮੈਂ ਇਸ ਵਿੱਚ ਤੁਹਾਡਾ ਮਾਰਗਦਰਸ਼ਨ ਚਾਹੁੰਦੀ ਹਾਂ ਧੰਨਵਾਦ ਸ਼੍ਰੀਮਾਨ ਧੰਨਵਾਦ ਅਕਸ਼ਰਾ ਮਾਨਯੋਗ ਪ੍ਰਧਾਨ ਮੰਤਰੀ ਇਸੇ ਨਾਲ ਮਿਲਦਾ ਜੁਲਦਾ ਪ੍ਰਸ਼ਨ ਰਿਤਿਕਾ ਕੋੜਕੇ ਭਾਰਤ ਦੀ ਹਿਰਦੇ ਨਗਰੀ ਪੁਪਾਲ ਤੋਂ ਆਈ ਏ ਉਹ ਸਾਡੇ ਨਾਲ ਹਾਲ ਵਿੱਚ ਬੈਠੀ ਏ ਰਿਤਿਕਾ ਕਿਰਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ ਮਾਨਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ ਮੇਰਾ ਨਾਮ ਰਿਤਿਕਾ ਕੋੜਕੇ ਮੈਂ ਪੁਪਾਲ ਮੱਧ ਪ੍ਰਦੇਸ਼ ਕਲਾਸ 12ਵੀਂ ਦੀ ਵਿਦਿਆਰਥਣ ਸ਼ਾਸਕੀਏ ਸੁਭਾਸ਼ ਉਤਕ੍ਰਿਸ਼ਟ ਮਾਧਿਮਿਕ ਵਿਦਿਆਲਾ ਸਕੂਲ ਫਾਰ ਐਕਸੀਲੈਂਸ ਦੀ ਵਿਦਿਆਰਥਣ ਹਾਂ ਸਰ ਮੇਰਾ ਪ੍ਰਸ਼ਨ ਤੁਹਾਨੂੰ ਇਹ ਹੈ ਕਿ ਅਸੀਂ ਬਾਤੋਬੰਦ ਪਛਾਵਾ ਕਿਵੇਂ ਸਿੱਖ ਸਕਦੇ ਹਾਂ ਅਤੇ ਇਹ ਕਿਉਂ ਜ਼ਰੂਰੀ ਨੇ ਧੰਨਵਾਦ ਰਿਤਿਕਾ ਮਾਨਯੋਗ ਪ੍ਰਧਾਨ ਮੰਤਰੀ ਜੀ ਕਿਰਪਾ ਕਰਕੇ ਅਕਸ਼ਰਾ ਅਤੇ ਰਿਤਿਕਾ ਨੂੰ ਬਹੁਭਾਸ਼ੀ ਕੌਸ਼ਲ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਕਰੋ ਜਿਹੜਾ ਕਿ ਇਸ ਸਮੇਂ ਦੀ ਜ਼ਰੂਰਤ ਹੈ ਮਾਨਯੋਗ ਪ੍ਰਧਾਨ ਮੰਤਰੀ ਜੀ ਬਹੁਤ ਹੀ ਚੰਗਾ ਸਵਾਲ ਪੁੱਛਿਆ ਤੁਸੀਂ ਉਸਤਾਂ ਮੈਂ ਸ਼ੁਰੂ ਵਿੱਚ ਕਹਿ ਰਿਹਾ ਸੀ ਕਿ ਬਾਕੀ ਚੀਜ਼ਾਂ ਛੱਡ ਕੇ ਥੋੜਾ ਫੋਕਸ ਹੁੰਦੇ ਜਾਓ ਫੋਕਸ ਹੁੰਦੇ ਜਾਓ ਪਰ ਇਹ ਇੱਕ ਇਸ ਤਰ੍ਹਾਂ ਦਾ ਸਵਾਲ ਹੈ ਕਿ ਜਿਸ ਵਿੱਚ ਮੈਂ ਕਹਿੰਦਾ ਹਾਂ ਕਿ ਤੁਸੀਂ ਜਰਾ ਐਕਸਟ੍ਰੋਵਰਟ ਹੋ ਜਾਓ ਥੋੜਾ ਬਹੁਤ ਐਕਸਟ੍ਰੋਵਰਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਇਹ ਮੈਂ ਇਸ ਲਈ ਕਹਿ ਰਿਹਾ ਹਾਂ ਭਾਰਤ ਵਿਪਨਤਾਮਾ ਨਾਲ ਭਰਿਆ ਹੋਇਆ ਦੇਸ਼ ਹੈ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਸਾਡੇ ਕੋਲ ਸੈਂਕੜੇ ਭਾਸ਼ਾਵਾਂ ਨੇ ਹਜ਼ਾਰ ਬੋਲੀਆਂ ਨੇ ਇਹ ਸਾਡੀ ਰਿਚਨੈਸ ਏ ਸਾਡੀ ਸਮ੍ਰiddhi ਏ ਸਾਨੂੰ ਆਪਣੀ ਇਸ ਸਮ੍ਰiddhi ਤੇ ਮਾਣ ਹੋਣਾ ਚਾਹੀਦਾ ਏ ਕਦੇ-ਕਦੇ ਤੁਸੀਂ ਦੇਖਿਆ ਹੋਵੇਗਾ ਕੋਈ ਵਿਦੇਸ਼ੀ ਵਿਅਕਤੀ ਸਾਨੂੰ ਮਿਲ ਜਾਵੇ ਅਤੇ ਉਸ ਨੂੰ ਪਤਾ ਲੱਗੇ ਕਿ ਤੁਸੀਂ ਇੰਡੀਆ ਦੇ ਹੋ ਤੁਸੀਂ ਦੇਖਿਆ ਹੋਵੇਗਾ ਕਿ ਥੋੜਾ ਜਿਹਾ ਵੀ ਉਹ ਭਾਰਤ ਨਾਲ పరిਚਿਤ ਹੋਵੇਗਾ ਤਾਂ ਤੁਹਾਨੂੰ ਨਮਸਤੇ ਕਰੇਗਾ ਨਮਸਤੇ ਬੋਲੇਗਾ ਪ੍ਰੋਨਨਸੀਏਸ਼ਨ ਵਿੱਚ ਥੋੜਾ ਇਧਰ ਉਧਰ ਹੋ ਸਕਦਾ ਹੈ ਪਰ ਬੋਲੇਗਾ ਜਿਸ ਤਰ੍ਹਾਂ ਹੀ ਉਹ ਬੋਲੇਗਾ ਤੁਹਾਡੇ ਕੰਨ ਸੁਚੇਤ ਹੋ ਜਾਂਦੇ ਨੇ ਉਸ ਨੂੰ ਪਹਿਲੇ 라ਉਂਡ ਚ ਆਪਣਾਪਨ ਮਹਿਸੂਸ ਹੋਣ ਲੱਗਦਾ ਹੈ ਕਿ ਇੱਕ ਵਿਦੇਸ਼ੀ ਵਿਅਕਤੀ ਨਮਸਤੇ ਬੋਲਦਾ ਹੈ ਮਤਲਬ ਕਿ ਕਮਿਊਨੀਕੇਸ਼ਨ ਕਿੰਨੀ ਵੱਡੀ ਤਾਕਤ ਹੈ ਇਸ ਦਾ ਇਹ ਉਦਾਹਰਣ ਹੈ ਇੰਨੇ ਵੱਡੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ ਤੁਸੀਂ ਕਦੇ ਸੋਚਿਆ ਹੈ ਕਿ ਸ਼ੌਕ ਦੇ ਲਈ ਜਦ ਅਸੀਂ ਕਦੀ ਸੋਚਦੇ ਹਾਂ ਤਾਂ ਮੈਂ ਤਬਲਾ ਸਿੱਖਾਂ ਕਦੀ ਮੈਂ ਸੋਚਦਾ ਹਾਂ ਕਿ ਮੈਂ ਬਾਂਸਰੀ ਸਿੱਖਾਂ ਮੈਂ ਸਿਤਾਰ ਸਿੱਖਾਂ ਜਾਂ ਨਾ ਸਿੱਖਾਂ ਇਸ ਤਰ੍ਹਾਂ ਮਨ ਕਰਦਾ ਹੈ ਕਿ ਨਹੀਂ ਕਰਦਾ ਉਹ ਵੀ ਸਾਡਾ ਇੱਕ ਬਾਧੂ ਗਿਆਨ ਡਵੈਲਪ ਹੁੰਦਾ ਹੈ ਕਿ ਨਹੀਂ ਹੁੰਦਾ ਜੇ ਇਹ ਹੁੰਦਾ ਹੈ ਤਾਂ ਮਨ ਲਗਾ ਕੇ ਆਪਣੇ ਆਂਡ ਗੁਆਣ ਦੇ ਸੂਬਿਆਂ ਦੀ ਇੱਕ ਅਧੀ ਭਾਸ਼ਾ ਸਿੱਖਣ ਚ ਕੀ ਜਾਂਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਅਸੀਂ ਸਿਰਫ ਭਾਸ਼ਾ ਸਿੱਖਦੇ ਹਾਂ ਮਤਲਬ ਬੋਲ ਚਾਲ ਦੇ ਕੁਝ ਵਾਕ ਸਿੱਖ ਜਾਂਦੇ ਹਾਂ ਇਸ ਤਰ੍ਹਾਂ ਨਹੀਂ ਹੈ ਅਸੀਂ ਉੱਥੋਂ ਦੇ ਅਨੁਭਵਾਂ ਦਾ ਨਿਚੋੜ ਜਿਹੜਾ ਹੁੰਦਾ ਹੈ ਇੱਕ ਇੱਕ ਭਾਸ਼ਾ ਦੀ ਆਭਿਵਿਅਕਤੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਸ ਪਿੱਛੇ ਹਜ਼ਾਰਾਂ ਸਾਲਾਂ ਦੀ ਇੱਕ ਅਵਿਰਖਤ ਅਖੰਡ ਲਗਾਤਾਰ ਚੱਲਣ ਵਾਲੀ ਇੱਕ ਧਾਰਾ ਹੁੰਦੀ ਹੈ। ਅਨੁਭਵ ਦੀ ਧਾਰਾ ਹੁੰਦੀ ਹੈ। ਉਤਰਾ ਚੜ੍ਹਾ ਦੀ ਧਾਰਾ ਹੁੰਦੀ ਹੈ। ਸੰਕਟਾਂ ਦਾ ਸਾਹਮਣਾ ਕਰਦੇ ਹੋਏ ਨਿਕਲੀ ਹੋਈ ਧਾਰਾ ਹੁੰਦੀ ਹੈ। ਤੇ ਫਿਰ ਜਾ ਕੇ ਇੱਕ ਭਾਸ਼ਾ ਅਭਿਵਿਅਕਤੀ ਦਾ ਰੂਪ ਲੈਂਦੀ ਹੈ। ਅਸੀਂ ਜਦੋਂ ਇੱਕ ਭਾਸ਼ਾ ਨੂੰ ਜਾਣਦੇ ਹਾਂ ਤਤ ਉਹ ਹੱਡਾ ਹਜ਼ਾਰਾਂ ਸਾਲ ਪੁਰਾਣੀ ਦੁਨੀਆ ਚ ਪ੍ਰਵੇਸ਼ ਕਰਨ ਦਾ ਦਰਵਾਜ਼ਾ ਖੋਲ ਜਾਂਦਾ ਹੈ ਅਤੇ ਇਸ ਲਈ ਬਿਨਾ ਬੋਝ ਬਣਾਏ ਸਾਨੂੰ ਭਾਸ਼ਾ ਸਿੱਖਣੀ ਹੈ ਮੈਂ ਕਦੇ-ਕਦੇ ਹਮੇਸ਼ਾ ਮੈਨੂੰ ਦੁੱਖ ਹੁੰਦਾ ਹੈ ਬਹੁਤ ਦੁਖੋਂਦਾ ਹੈ ਸਾਡੇ ਦੇਸ਼ ਵਿੱਚ ਕਿਧਰੇ ਚੰਗਾ ਜਿਹਾ ਸਮਾਰਕ ਹੋਵੇ ਪੱਥਰ ਦਾ ਬਣਿਆ ਹੋਇਆ ਅਤੇ ਕੋਈ ਸਾਨੂੰ ਕਹੇ ਕਿ ਇਹ 2000 ਸਾਲ ਪੁਰਾਣਾ ਹੈ ਤਾਂ ਸਾਨੂੰ ਮਾਨ ਹੁੰਦਾ ਏ ਕਿ ਨਹੀਂ ਹੁੰਦਾ ਇਨੀ ਵਧੀਆ ਚੀਜ਼ 2000 ਸਾਲ ਪਹਿਲਾਂ ਸੀ ਹੁੰਦਾ ਏ ਕਿ ਨਹੀਂ ਹੁੰਦਾ ਕਿਸੇ ਨੂੰ ਵੀ ਮਾਨ ਹੋਵੇਗਾ ਫਿਰ ਇਹ ਵਿਚਾਰ ਨਹੀਂ ਆਉਂਦਾ ਕਿ ਕਿਸ ਕੋਨੇ ਵਿੱਚ ਹੈ ਅਰੇ ਭਾਈ 2000 ਸਾਲ ਪਹਿਲਾਂ ਦੀ ਇਹ ਵਿਵਸਥਾ ਏ ਕਿੰਨਾ ਵਧੀਆ ਬਣਾਇਆ ਏ ਸਾਡੇ ਪੁਰਖਿਆਂ ਨੂੰ ਕਿੰਨਾ ਗਿਆਨ ਹੋਵੇਗਾ ਹੁਣ ਮੈਨੂੰ ਦੱਸੋ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਦੁਨੀਆ ਦੀ ਸਭ ਤੋਂ ਪੁਰਾਣੀ ਸਿਰਫ ਹਿੰਦੁਸਤਾਨ ਦੀ ਨਹੀਂ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਜਿਸ ਦੇਸ਼ ਕੋਲ ਹੋਵੇ ਉਸ ਦੇਸ਼ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਸੀਨਾ ਤਾਣ ਕੇ ਦੁਨੀਆ ਨੂੰ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਸਾਡੇ ਕੋਲੇ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਤੁਹਾਨੂੰ ਪਤਾ ਹੈ ਸਾਡੀ ਤਮਿਲ ਭਾਸ਼ਾ ਇਹ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਪੂਰੀ ਦੁਨੀਆ ਦੀ ਇੰਨੀ ਵੱਡੀ ਇਮਾਰਤ ਇਸ ਦੇਸ਼ ਦੇ ਕੋਲੇ ਇੰਨਾ ਵੱਡਾ ਗੌਰਵ ਦੇਸ਼ ਦੇ ਕੋਲੇ ਇਹ ਅਸੀਂ ਸੀਨਾ ਤਾਣ ਕੇ ਦੁਨੀਆ 'ਚ ਕਹਿੰਦੇ ਨਹੀਂ ਆ ਪਿਛਲੀ ਵਾਰ ਯੂਐਨਚ ਜਦੋਂ ਮੇਰਾ ਭਾਸ਼ਣ ਸੀ ਤਾਂ ਮੈਂ ਜਾਣ ਬੁੱਝ ਕੇ ਕੁਝ ਤਮਿਲ ਗੱਲਾਂ ਦਸੀਆਂ ਕਿਉਂ ਜੋ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਸੀ ਮੈਨੂੰ ਮਾਣ ਹੈ ਕਿ ਤਮਿਲ ਭਾਸ਼ਾ ਦੁਨੀਆ ਦੀ ਸਭ ਤੋਂ ਵਧੀਆ ਭਾਸ਼ਾ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਮੇਰੇ ਦੇਸ਼ ਦੀ ਸਾਨੂੰ ਮਾਣ ਕਰਨਾ ਆਉਣਾ ਚਾਹੀਦਾ ਹੈ ਹੁਣ ਦੇਖੋ ਬੜੇ ਆਰਾਮ ਨਾਲ ਉੱਤਰ ਭਾਰਤ ਦਾ ਵਿਅਕਤੀ ਡੋਸਾ ਖਾਂਦਾ ਹੈ ਕਿ ਨਹੀਂ ਖਾਂਦਾ ਖਾਂਦਾ ਹੈ ਕਿ ਨਹੀਂ ਖਾਂਦਾ ਸਾਂਬਰ ਵੀ ਬੜੇ ਮ제 ਨਾਲ ਖਾਂਦਾ ਹੈ ਕਿ ਨਹੀਂ ਖਾਂਦਾ ਉਦੋਂ ਤਾਂ ਉਸ ਨੂੰ ਕੋਈ ਉੱਤਰ ਦੱਖਣ ਨਜ਼ਰ ਨਹੀਂ ਆਉਂਦਾ ਦੱਖਣ ਚ ਜਾਓ ਤੁਸੀਂ ਤਾਂ ਉੱਥੇ ਪਰੌਂਠਾ ਸਬਜ਼ੀ ਵੀ ਮਿਲ ਜਾਂਦੀ ਹੈ ਪੂਰੀ ਸਬਜ਼ੀ ਵੀ ਮਿਲ ਜਾਂਦੀ ਹੈ ਤੇ ਬੜੇ ਚਾਅ ਨਾਲ ਲੋਕ ਖਾਂਦੇ ਨੇ ਮਾਣ ਕਰਦੇ ਕਿ ਨਹੀਂ ਕਰਦੇ ਕੋਈ ਕੋਈ ਤਣਾ ਨਹੀਂ ਹੁੰਦਾ ਕੁਈ ਰੁਕਾਵਟ ਨਹੀਂ ਹੁੰਦੀ ਜਿੰਨੀ ਸਹਿਜਤਾ ਨਾਲ ਬਾਕੀ ਜ਼ਿੰਦਗੀ ਆਉਂਦੀ ਏ ਉਨੀ ਹੀ ਸਹਿਜਤਾ ਨਾਲ ਅਤੇ ਮੈਂ ਤਾਂ ਚਾਹਾਂਗਾ ਕਿ ਹਰ ਕਿਸੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਆਪਣੀ ਮਾਤ ਭਾਸ਼ਾ ਤੋਂ ਬਾਅਦ ਭਾਰਤ ਦੀ ਕੋਈ ਨਾ ਕੋਈ ਭਾਸ਼ਾ ਕੁਝ ਤੇ ਸੈਂਟੈਂਸ ਆਉਣੇ ਚਾਹੀਦੇ ਨੇ ਤੁਸੀਂ ਦੇਖੋਗੇ ਤੁਹਾਨੂੰ ਆਨੰਦ ਆਵੇਗਾ ਜਦੋਂ ਇਸ ਤਰ੍ਹਾਂ ਦੇ ਵਿਅਕਤੀ ਨੂੰ ਮਿਲੋਗੇ ਅਤੇ ਦੋ ਵਾਕ ਵੀ ਜੇ ਤੁਸੀਂ ਉਸ ਦੀ ਭਾਸ਼ਾ ਚ ਬੋਲੋਗੇ ਤਾਂ ਇੱਕਦਮ ਆਪਣਾਪਨ ਹੋ ਜਾਵੇਗਾ ਅਤੇ ਇਸ ਲਈ ਭਾਸ਼ਾ ਬੋਝ ਦੇ ਰੂਪ ਚ ਨਹੀਂ ਮੈਨੂੰ ਯਾਦ ਹੈ ਮੈਂ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਸਮਾਜਿਕ ਕੰਮਾਂ ਚ ਲੱਗਿਆ ਸੀ ਮੈਂ ਇੱਕ ਬੱਚੇ ਨੂੰ ਤਾਂ ਦੇਖਿਆ ਬੱਚਿਆਂ ਚ ਭਾਸ਼ਾ ਨੂੰ ਗੈਚ ਕਰਨ ਦੀ ਬੜੀ ਗਜ਼ਬ ਦੀ ਤਾਕਤ ਹੁੰਦੀ ਹੈ ਹੜਪ ਕਰ ਲੈਂਦੇ ਨੇ ਬੜੀ ਤੇਜ਼ੀ ਨਾਲ ਤਾਂ ਮੈਂ ਕਦੀ ਸਾਡੇ ਇੱਥੇ ਇੱਕ ਮਜ਼ਦੂਰ ਪਰਿਵਾਰ ਸੀ ਅਹਮਦਾਬਾਦ ਚ ਮੈਂ ਕਦੀ ਉਹਨਾਂ ਕੋਲ ਭੋਜਨ ਕਰਨ ਲਈ ਜਾਂਦਾ ਸੀ ਤਾਂ ਉੱਥੇ ਇੱਕ ਬੱਚੀ ਸੀ ਉਹ ਕਈ ਭਾਸ਼ਾਵਾਂ ਬੋਲਦੀ ਸੀ ਕਿਉਂ ਕਿਉਂਕਿ ਉਹ ਮਜ਼ਦੂਰਾਂ ਦੀ ਕਲੋਨੀ ਸੀ ਤਾਂ ਕੋਸਮੋਪੋਲੀਟਨ ਸੀ ਉਸਦੇ ਮਾਤਾ ਜੀ ਕੇਰਲ ਤੋਂ ਸਨ ਪਿਤਾ ਜੀ ਬੰਗਾਲ ਤੋਂ ਸਨ ਪੂਰਾ ਕਾਸਮੋਪੋਲਿਟਨ ਚ ਹਿੰਦੀ ਚਲਦੀ ਸੀ ਗੁਆਂਡ ਚ ਇੱਕ ਪਰਿਵਾਰ ਮਰਾਠੀ ਸੀ ਅਤੇ ਸਕੂਲ ਜਿਹੜਾ ਹੁੰਦਾ ਸੀ ਉਹ ਗੁਜਰਾਤੀ ਹੁੰਦਾ ਸੀ ਮੈਂ ਹੈਰਾਨ ਸੀ ਕਿ ਉਹ 7-8 ਸਾਲਾਂ ਦੀ ਬੱਚੀ ਬੰਗਾਲੀ ਮਰਾਠੀ ਮਲਿਆਲਮ ਹਿੰਦੀ ਇਨੇ ਤੇਜ਼ ਗਤੀ ਨਾਲ ਬਧੀਆ ਬੋਲਦੀ ਸੀ ਅਤੇ ਕਾਰ ਵਿੱਚ ਜੇ ਪੰਜ ਲੋਕ ਬੈਠੇ ਨੇ ਇਸ ਨਾਲ ਗੱਲ ਕਰੇਗੀ ਤਾਂ ਬੰਗਾਲੀ ਚ ਕਰੇਗੀ ਇਸ ਨਾਲ ਗੱਲ ਕਰੇਗੀ ਤਾਂ ਮਲਿਆਲਮ ਚ ਕਰੇਗੀ ਇਸ ਨਾਲ ਕਰੇਗੀ ਤਾਂ ਗੁਜਰਾਤੀ ਚ ਕਰੇਗੀ 8-10 ਸਾਲਾਂ ਦੀ ਬੱਚੀ ਯਾਨੀ ਉਸ ਦੀ ਪ੍ਰਤਿਭਾ ਖੇੜ ਰਹੀ ਸੀ ਇਸ ਲਈ ਮੇਰੀ ਤੁਹਾਨੂੰ ਅਪੀਲ ਰਹੇਗੀ ਕਿ ਸਾਨੂੰ ਆਪਣਾ ਆਪਣੀ ਵਿਰਾਸਤ ਤੇ ਮੈਂ ਇਸ ਵਾਰ ਲਾਲ ਕਿਲੇ ਤੋਂ ਵੀ ਕਿਹਾ ਸੀ ਪੰਜ ਪੁਰਾਣ ਦੀ ਗੱਲ ਆਪਣੀ ਵਿਰਾਸਤ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਪੁਰਖਿਆਂ ਨੇ ਸਾਨੂੰ ਇਸ ਤਰ੍ਹਾਂ ਦੀ ਭਾਸ਼ਾ ਦਿੱਤੀ ਹੈ ਇਹ ਸਾਰੇ ਹਿੰਦੁਸਤਾਨੀਆਂ ਨੂੰ ਗਰਵ ਹੋਣਾ ਚਾਹੀਦਾ ਹੈ ਹਰ ਭਾਸ਼ਾ ਤੇ ਗਰਵ ਹੋਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ